सलेअल्ला नबी ना सल्ले मोहम्मद सले अला शफफ़ी ना अला मोहम्मद अरे पूछेगा मुझसे जब खुदा कम किया है नेक क्या ਹਰ ਪੁੱਛੇ ਗਾ ਮੁਝ ਸੇ ਜਬ ਖੁਦਾ ਕੰਮ ਕੀਆ ਹੈ ਨੇਕ ਕਿਆ ਸਾਫ ਕਹੂੰਗਾ ਬਰਮਲਾ ਸਾਫ ਕਹੂੰਗਾ ਬਰਮਲਾ ਸੱਲੇ ਆਲਾ ਮੁਹੰਮਦਿਨ ਸੱਲੇ ਆਲਾ ਨਬੀਏ ਨਾ ਸੱਲੇ ਆਲਾ ਮੁਹੰਮਦਿਨ اعوذ باللہ من الشیطان الرجیم بسم اللہ الرحمن الرحیم میرے دوستو میرے اسلامی بہن بھائیو اگر ਤੁਸੀਂ چاہند ہو ਤੁਹਾڈا دنیا وچ کوئی عزت مقام بنے تے پھر جے تم نے وظیفہ دس لگا ان توں ਤੁਸੀਂ پڑھو تے پھر توں دیکھو ٹاڈی عزت قائم باندھی 10 10 ਸਾਲ ਦੀਆਂ ਪੁਰਾਣੀਆਂ ਟੜੀਆਂ ਨਾਰਾਜ਼ਗੀਆਂ ਹੋਣਗੇ ਕਿਸੇ ਕਿਸੇ ਕੋਲ ਤੁਸੀਂ ਪੈਸੇ ਲੈਣੇ ਹੋਣਗੇ ਤੁਹਾਨੂੰ ਪੈਸੇ ਨਹੀਂ ਮਿਲਦੇ ਹੋਣਗੇ ਇਨਸ਼ਾਅੱਲਾ ਤੁਸੀਂ ਇਹ ਪੜ੍ਹਾਈ ਸ਼ੁਰੂ ਕਰਨੀ ਹੈ ਤੇ ਤੁਸੀਂ ਇਹਨੂੰ 40 ਦਿਨ ਲਗਾਤਾਰ ਪੜ੍ਹਨਾ ਹੈ ਸਵਾ ਲੱਖ ਨੂੰ ਪੂਰਾ ਕਰਨਾ ਸਵਾ ਲੱਖ ਤੇ ਸਵਾ ਲੱਖ ਪੜ੍ਹਨਾ ਕਿਸ ਰਹਿਣ ਕਿਹੜਾ ਇਸਮ ਪੜ੍ਹਨਾ ਹੋ ਤੁਹਾਨੂੰ ਮੈਂ ਦੱਸ ਦਿੰਨਾ ਇਨਸ਼ਾਅੱਲਾ ਤਾਲਾ ਚਾਹੇ ਤੇ ਦੁਨੀਆ ਵਿੱਚ ਵੀ ਇੱਜ਼ਤ ਇੱਜ਼ਤ ਬਣ ਜੇਗੀ ਇੱਜ਼ਤ ਹਰ ਬੰਦਾ ਜਿੱਥੇ ਜਾਓਗਾ ਤੁਹਾਨੂੰ ਇਨਸ਼ਾਅੱਲਾ ਤੁਹਾਨੂੰ ਬੜੀ ਨਾਰਾਜ਼ ਵੀ ਹੋਏਗਾ ਤੁਹਾਨੂੰ ਸਲਾਮ ਕਰੇਗਾ ਉੱਠ ਕੇ ਤੇ ਦੋਸਤੋ ਇਸਨ ਪੜਨਾ ਤੁਸੀਂ ਯਾਗਦੂਦੋ ਯਾਗਦੂਦੋ ਬੜਾ ਅਲੱਦਾ ਪਿਆਰਾ ਨਾਮ ਹੈਗਾ ਯਾਗਦੂਦੋ ਤੇ ਮੇਰੇ ਪਿਆਰੇ ਬੱਚੋ ਮੇਰੇ ਪਿਆਰੇ ਦੋਸਤੋ ਤੇ ਮੇਰੇ ਪਿਆਰੇ ਆਮਿਰ ਭਰਾਓ ਇਹਨੂੰ ਤੁਸੀਂ 3152 ਵਾਰ ਹਰ ਰੋਜ਼ ਪੜਨਾ 40 ਦਿਨ ਤੱਕ 3152 ਦਫਾ ਪੜਨਾ ਹੈ 40 ਦਿਨ ਲਗਾਤਾਰ ਇੱਕ ਟਾਈਮ ਰੱਖ ਲੈਣਾ ਇਸ਼ਾ ਦੀ ਨਮਾਜ਼ ਪੜ੍ਹ ਕੇ ਜਾਂ ਫਜ਼ਰ ਦੀ ਨਮਾਜ਼ ਪੜ੍ਹ ਕੇ ਦੋਨੋਂ ਜਿਹੜਾ ਮਰਜ਼ੀ ਟਾਈਮ ਪੱਕਾ ਰੱਖ ਲੈਣਾ ਚਾਹੀਏ ਸ਼ਾਦੀ ਨਮਾਜ਼ ਰੱਖ ਲੋ ਚਾਹ ਤੁਸੀਂ ਫਜ਼ਰ ਦੀ ਨਮਾਜ਼ ਪੜ੍ਹ ਕੇ ਅੱਗੇ ਪਿੱਛੇ ਦਰੂਸੀ ਪੜ੍ਹ ਲਓ ਉਸ ਤੋਂ ਬਾਅਦ ਯਾਵਦੂਦੋ 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 ਮੂਤ ਕੋ ਮਿੱਠੀ ਚੀਜ਼ ਰੱਖ ਲੈਣੀ ਤੁਸੀਂ ਬਸ ਇੱਕੋ ਇਸਮ ਪੜ੍ਹਨਾ ਹੈ 1000 1000 ਲੈ ਲੋ ਸਵਾਲ ਲੋ ਹਜ਼ਾਰ ਅਲੀ ਬਣਾ ਲੋ ਕੋ ਸਭ ਤੋਂ ਬਿਹਤਰ ਹੈ ਗੱਲ 3100 ਪੰਜੀ ਦਫਾ ਪੜਨਾ 40 ਦਿਨਾਂ ਬਾਅਦ ਤੁਸੀਂ ਇਸ ਜੀ ਦੇ ਆਮਲੋ ਤੁਸੀਂ ਹੋ ਜਾਓਗੇ ਯਾਵਦੂਦ ਦੇ ਇਸਮ ਦੇ ਸਵਾਲ ਲੱਖ ਪੂਰਾ ਹੋਏਗਾ 40 ਦਿਨਾਂ ਬਾਅਦ ਉਸ ਤੋਂ ਬਾਅਦ ਤੁਸੀਂ ਬੇਸ਼ੱਕ ਤੁਸੀਂ 100 ਦਫਾ ਪੜ ਲੋ ਕਰੋਗੇ ਤੁਹਾਡਾ ਜ਼ਬਾਨ 'ਚ ਅਸਰ ਰਹੇਗਾ ਔਰ ਤੁਹਾਨੂੰ ਇਹਦਾ ਫੈਲ ਜਾਰੀ ਰਹੇਗਾ ਲੋ ਦੋਸਤੋ ਯਾਵਦੂਦ ਦੇ ਇਸਮ ਯਾ ਵਦੋ ਦੋ ਯਾ ਵਦੋ ਦੋ ਅੱਲਾ ਦਾ ਬੜਾ ਪਿਆਰਾ ਨਾਮ ਹੈ ਠੀਕ ਹੈ ਇਹਨੂੰ ਅੱਗੇ ਪਿੱਛੇ ਦੂਰ ਦੂਰ ਸ਼ੀ ਰੱਖ ਕੇ ਤੇ ਇਹਨੂੰ ਸੁਬਾ ਫਜਰ ਨਮਾਜ਼ ਹੋ ਚਾਹੇ ਰੱਖ ਲੋ ਟਾਈਮ ਚਾਹੇ ਤੁਸੀਂ ਇਸ਼ਾਦ ਉਬਾਦ ਰੱਖ ਲੋ ਜੇ ਸੁਬਾ ਸ਼ੁਰੂ ਕਰਤਾ ਫੇ ਸੁਬਾ ਹੀ ਰੱਖਣਾ 40 ਦਿਨ ਕੋਸ਼ਿਸ਼ ਕਰਨ ਟਾਈਮ ਇੱਕ ਮਕਰਰ ਰੱਖ ਲੋ ਜਿਹੜਾ ਟਾਈਮ ਤੁਹਾਡਾ ਹੈ ਜੇ ਸੁਬਾ ਤੁਸੀਂ 5:30 ਰੱਖਿਆ 5:30 ਤੁਸੀਂ ਬਾਇਨ ਆ ਕੇ 1 ਮਿੰਟ ਪਹਿਲੇ ਬਾਇਨ ਕਰਨਾ ਆ ਕੇ ਫਿਰ ਦੋਸਤੋ ਇਹਨੂੰ ਤੁਸੀਂ ਇਹਨੂੰ 40 ਦਿਨਾਂ ਬਾਅਦ ਤੁਸੀਂ ਸਵਾ ਲੱਖ ਟੜਾ ਪੂਰਾ ਹੋ ਜਾਇਆ ਤੇ ਫਿਰ ਤੁਸੀਂ ਅਮਿਲ ਬਨ ਜਾਓਗੇ ਕਿ ਫਿਰ ਤੁਸੀਂ ਜੋ ਵੀ ਉਹ ਕੰਮ ਲੈਣਾ ਹੈ ਜੋ ਹੋਏਗਾ ਤੁਸੀਂ ਇਨਸ਼ਾਅੱਲਾ ਇਹਨਾਂ ਕੰਮ ਲੋਕਰੋਗੇ ਤੇ 100 ਦਫਾ ਬਾਅਦ ਤੁਸੀਂ ਇਹਨੂੰ ਪੜ੍ਹਦੇ ਰਹਿਣਾ ਲੋ ਦੋਸਤੋ ਇਹਨੂੰ ਪੜ੍ਹੋ ਤੇ ਫਿਰ ਇਜ਼ਤਾਂ ਕਮਾਓ ਅੱਲਾ ਦੀ ਮਿਹਰਬਾਨੀ ਨਾਲ ਅਸਲਾਮੁਅਲੈਕਮ ਜੀ